की कर लोगी? कुड़ी ने जवाब देता भी बिलू ना ब्याह नहीं करवाना। आही गल दा दस्या आपां सवेर ते ताही ता पिटण लगे होए आ भी उहने जवाब क्यों दिता, आखिर की कमी है मेरे भरा च? बेवकूफ जिही ना होवे तां पता नहीं की समझदी अपने आप नूं। आही ता गल समझो बाहर है, ऐ मुंडे दा कम कार भी सैट है, ऊं भी कोई प्रॉब्लम भी नहीं इहदी हैगी कोई, कि फिर उहने जवाब दिता तां दिता क्यों? ओए ओ बेवकूफा, तू तां नहीं कहता कुछ कुड़ी नूं वध घट? ओ जीजा जी, मैं तां रिश्ते नूं हां करके पछताण डिया सीगा। वो अनपढ़ कुड़ी, बेवकूफ, नैरो माइंडेड, बैकवर्ड कुड़ी, उन्हें बोलन चालन की अकल नहीं। चलो बढ़िया उन्हें ना ही करती, मैं तो कहना वो तो शुक्र है जी मेरा बचा हो गया, पता नहीं कितने तुम मैंने फसाने लगे सके। ओए ओए असी फसाण लगे सके, वो गल तो तू आपे उ कुड़ी ना तो रही है, सातों तो तू खाम खा हाँ ही कराई है, सानू की पता सी नहीं तो बारे किवें दिन रात तंग किया पिया सी, तो भैन उ ब्याह करा उ करा, मैं तो प्रीति चाहिए प्रीति चाहिए है। बकवास ना कर तू, जो तेरा भरा 8-10 कुड़िया रिजेक्ट करके आता बड़ी तू चौड़ होके खुश हो के दिखाती सी, ओ माड़ा जिहा उहना कुड़ियां दे दिल दी कोई भावना तो समझ लैंदी, उहना दे मापे बारे तो सोच लैंदी। जे कुड़ी देखण जाईए ना तो पहला पक्के पैरी होके ही देखनी चाहीदी है कुड़ी, नहीं उहदे दिल ते की बीती है सोचो। आ जिहड़ा हुण अज तुसीं दोने भैण भाई मूंह लमका के बैठे हो, कुड़ी ने रिजेक्ट करता, इन्ना ही उहना कुड़ी वालिआं नूं भी दुख होया होऊगा। ओह तां मैं तुहाडी गल समझदी आं, पर मैं भी की करदी, जदों भी मैं इहनूं कुछ कहण लगदी सी इह मैनूं मम्मी डैडी दे वास्ते पा दिंदा सीगा वी मेरे मम्मी डैडी हैणगे इस करके दीदी तूं इदां करदी आं, तां फिर मैनूं तां इहदी हां च हां मिलाउणी ही पैंदी सी ना। ਉਹ ਛੱਡੋ ਦੀਦੀ, ਤੁਸੀਂ ਵੀ ਕਿੰਨਾਂ ਨੂੰ ਦੱਸਣ ਲੱਗੇ ਹੋਏ ਹੋ, ਇਹਨਾਂ ਨੇ ਕਦੇ ਅੱਜ ਤੱਕ ਸਾਡੀ ਦੋਨਾਂ ਦੀ ਸਾਈਡ ਲਈ ਹੈ? ਇਹ ਤਾਂ ਹਮੇਸ਼ਾ ਬਾਹਰਲਿਆਂ ਦਾ ਹੀ ਸੋਚਦੇ ਨੇ, ਇਹਨਾਂ ਨੂੰ ਅਸੀਂ ਦੋਨਾਂ ਹੀ ਗਲਤ ਲੱਗਣਾ। ਗੱਲ ਤਾਂ ਤੇਰੀ ਵੀ ਸਹੀ ਹੈ ਬਿੱਲੂ, ਚਾਹੇ ਕੋਈ ਗੱਲ ਹੋ ਜਾਵੇ ਜੋ ਮਰਜ਼ੀ ਇਹਨਾਂ ਨੂੰ ਦੱਸ ਲਈਏ, ਇਹਨਾਂ ਨੇ ਲੋਕਾਂ ਦਾ ਹੀ ਸਾਥ ਦੇਣਾ, ਕਦੀ ਆਪਣਾ ਸਾਥ ਨਹੀਂ ਦਿੰਦੇ ਹੈਗੇ। ਉਹ ਗੱਲ ਇਹ ਨਹੀਂ ਮੈਂ ਸੱਚ ਦਾ ਸਾਥ ਦੇਣਾ, ਨਹੀਂ ਤਾਂ ਲੋਕਾਂ ਤੇ ਆਪਣੇ 'ਚ ਫਰਕ ਕੀ ਰਹਿ ਗਿਆ? ਹੁਣ ਕਈ ਜਣੇ ਕੁੜੀ ਨੇ ਜਵਾਬ ਦਿੱਤਾ, ਕੁੜੀ ਨੇ ਰਿਜੈਕਟ ਕਰਤਾ, ਉਹ ਪਰ ਕੋਈ ਨਾ ਕੋਈ ਤਾਂ ਗੱਲ ਹੋਊਗੀ ਨਾ, ਇਹਦਾ ਪਤਾ ਕਰਨਾ ਪਊ ਕੁੜੀ ਨੇ ਜਵਾਬ ਦਿੱਤਾ ਤਾਂ ਦਿੱਤਾ ਕਿਉਂ? ਉਹ ਛੱਡੋ ਜੀਜਾ ਜੀ, ਕਿਉਂ ਅਗਲਿਆਂ ਨੂੰ ਹੁਣ ਰੀਜ਼ਨ ਪੁੱਛਣ ਜਾਣਾ, ਆਪਾਂ ਹੋਰ ਦੇਖ ਲਵਾਂਗੇ, ਮੈਨੂੰ ਕੁੜੀਆਂ ਦਾ ਘਾਟ ਹੈ ਦੱਸੋ। ਐਵੇਂ ਕਿੱਦਾਂ ਛੱਡੋ, ਇਹਨਾਂ ਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਵੀ ਗਲਤੀ ਆਪਣੇ 'ਚ ਨਹੀਂ ਸੀ, ਉਹ ਕੁੜੀ ਵਾਲਿਆਂ 'ਚ ਸੀ, ਨਹੀਂ ਤਾਂ ਇਹਨਾਂ ਨੇ ਇਹੀ ਬਹਾਨਾ ਬਣਾ ਕੇ ਆਪਾਂ ਨੂੰ ਤੰਗ ਕਰੀ ਜਾਣਾ। ਕਾ ਤੋ ਇੱਕੋ ਰਿਸ਼ਤੇ ਵਿੱਚ ਐਵੇਂ ਖਲੇਰਾ ਜਿਹਾ ਪਾਇਆ ਹੋਇਆ ਆਪਾਂ, ਜੇ ਉੱਥੇ ਗਲਤੀ ਮੇਰੀ ਵੀ ਨਿਕਲੀ ਜਾਂ ਉਹਦੀ ਵੀ ਨਿਕਲੀ ਤਾਂ ਇਹਨਾਂ ਨੇ ਆਉਣਾ ਤਾਂ ਮੈਨੂੰ ਹੀ ਗਲਤ ਕਹਿਣਾ ਨਾ। ਛੱਡੋ ਗੱਲ ਨੂੰ ਖਤਮ ਕਰੋ। ਦੇਖ ਤੂੰ ਸਿਆਣੀ ਬਣ, ਆਪਾਂ ਨੂੰ ਪਤਾ ਕਰਨਾ ਚਾਹੀਦਾ ਵੀ ਸਾਡਾ ਹੀ ਸਿੱਕਾ ਤਾਂ ਨਹੀਂ ਕਿਤੇ ਖੋਟਾ, ਐਵੇਂ ਬੇਗਾਨੀ ਧੀ ਨੂੰ ਨਿੰਦਣਾ ਤਾਂ ਬੜਾ ਹੀ ਸੌਖਾ, ਧੀਆਂ ਧਿਆਣੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇੱਕ ਵਾਰੀ ਪਤਾ ਕਰ ਲਓ, ਮੇਰਾ ਵੀ ਮਨ ਸ਼ਾਂਤ ਹੋ ਜੂ, ਠਹਿਰ ਜੂ, ਕਿਉਂਕਿ ਜੇ ਇਹਨੇ ਕੋਈ ਵੱਡੀ ਗਲਤੀ ਕੀਤੀ ਇਹਦੇ ਵੀ ਤਾਂ ਚਾਰ ਚਪੇੜਾ ਮਾਰ ਕੇ ਨੂੰ ਸਮਝਾਉਣ ਵਾਲੇ ਤਾਂ ਬਣਾਂਗੇ। ਦੇਰੀ ਕਰੋ ਯਾਰ, ਜੀਜੇ ਨਾਲ ਗੱਲ ਪਤਾ ਨਹੀਂ ਇਹਨੇ ਕੀ ਕਰਨੀ ਆ, ਚੁੱਪ ਕਰਕੇ ਤੁਸੀਂ ਜਾਣ ਦੀ ਗੱਲ ਕਰੋ, ਤੁਸੀਂ ਐਵੇਂ ਟਾਲ ਟੋਲ ਜਿਹਾ ਕਰੀ ਜਾਂਦੇ ਹੋ, ਇਹ ਤਾਂ ਹੁਣ ਮੈਂ ਤੂੰ ਵੀ ਸੁਣ ਲਾ, ਇੱਕ ਵਾਰੀ ਤਾਂ ਹੁਣ ਮੈਂ ਪਤਾ ਕਰਕੇ ਆਉਂਗਾ ਵੀ ਗੱਲ ਹੈ ਤਾਂ ਕੀ ਹੈ। ਚੱਲ ਬਿੱਲੂ ਆਪਾਂ ਚੱਲਦੇ ਹਾਂ, ਇਹਨਾਂ ਦੇ ਵੀ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਚਲੋ ਚੱਲ ਹੁਣ ਸੋਚ ਕੀ ਜਾਣਾ। ਚਲੋ ਤੁਸੀਂ ਮੰਨ, ਤੂੰ ਬੰਦਾ ਬਣ ਕੇ ਚੱਲ। ਆ ਤਾਂ ਚੰਗਾ ਹੋਇਆ ਪ੍ਰੀਤੀ ਤੇਰੇ ਮੰਮੀ ਮਾਰਕੀਟ ਗਏ ਹੋਏ ਆ, ਸਾਨੂੰ ਵੀ ਤੇਰੇ ਨਾਲ ਖੁੱਲ ਕੇ ਗੱਲ ਕਰਨ ਦਾ ਮੌਕਾ ਮਿਲ ਗਿਆ। ਹਾਂਜੀ ਹਾਂਜੀ ਦੱਸੋ, ਤੂੰ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਆਪਦੀ ਪੜ੍ਹਾਈ ਦਾ ਇੰਨਾ ਹੰਕਾਰ ਹੋ ਗਿਆ ਜੋ ਤੂੰ ਮੇਰੇ ਭਰਾ ਨੂੰ ਜਵਾਬ ਦੇਤਾ? ਦੀਦੀ ਹੰਕਾਰ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਫਿਰ ਇਹਨੇ ਕਿਤੇ ਦਾਸ 'ਚ ਗੱਡੀ ਜਾਂ ਕਿਸੇ ਹੋਰ ਚੀਜ਼ ਦੀ ਡਿਮਾਂਡ ਤਾਂ ਨਹੀਂ ਤੁਹਾਡੇ ਮੂਹਰੇ ਰੱਖਤੀ? ਨਹੀਂ। ਫਿਰ ਕੀ ਇਹ ਪੜ੍ਹਿਆ ਲਿਖਿਆ ਨਹੀਂ, ਕੰਮ ਨਹੀਂ ਕਰਦਾ, ਜਾਂ ਇਹਦੇ ਕੋਲੇ ਪ੍ਰਾਪਰਟੀ ਨਹੀਂ ਹੈਗੀ? ਨਹੀਂ ਦੀਦੀ ਇਹੋ ਜਿਹੀ ਕੋਈ ਗੱਲ ਨਹੀਂ ਆ। ਦੀਦੀ ਜੀਜਾ ਜੀ ਕਿਉਂ ਤੁਸੀਂ ਆਪਣਾ ਟਾਈਮ ਖਰਾਬ ਕਰ ਰਹੇ ਹੋ? ਤੁਸੀਂ ਉਹ ਕੁੜੀ ਦੇ ਮੈਨਰਸ ਹੀ ਦੇਖ ਲਓ, ਉਹਨੇ ਉੱਠ ਕੇ ਆਏ ਨੂੰ ਸਾਨੂੰ ਪਾਣੀ ਨਹੀਂ ਹਲੇ ਤੱਕ ਪੁੱਛਿਆ, ਤੁਸੀਂ ਐਵੇਂ ਟਾਈਮ ਖਰਾਬ ਕਰ ਰਹੇ ਹੋ, ਮੈਂ ਕਹਿੰਦਾ ਚਲੋ ਛੱਡੋ। ਉਹ ਨਹੀਂ ਨਹੀਂ ਤਾਂ ਫਿਰ ਕੁੜੀਏ ਤੈਨੂੰ ਇਹ ਜੀ ਕਿਹੜੀ ਗੱਲ ਦਾ ਹੰਕਾਰ ਹੋ ਗਿਆ ਜਿਹਦੇ ਕਰਕੇ ਤੈਨੂੰ ਮੁੰਡੇ ਨੂੰ ਇਹ ਜਵਾਬ ਦੇਣਾ ਪੈ ਗਿਆ? ਦੀਦੀ ਆਪਣੇ ਭਰਾ ਤੇ ਪੁੱਛ ਲੈਂਦੇ ਕਿ ਮੈਂ ਇਸ ਰਿਸ਼ਤੇ ਤੋਂ ਕਿਉਂ ਨਾ ਕੀਤੀ ਆ, ਜੇ ਇਹਨੂੰ ਦੱਸਦੇ ਸ਼ਰਮ ਆਉਂਦੀ ਹੈ ਤਾਂ ਮੈਂ ਦੱਸ ਦੇਣੀ ਆ, ਪਰ ਇੱਕ ਸ਼ਰਤ ਹੈ, ਇਹਨੂੰ ਕਹਿ ਦਿਓ ਕਿ ਇੱਥੋਂ ਉੱਠ ਕੇ ਨਾ ਜਾਵੇ। ਆ ਦੇਖ ਲਓ ਤੁਸੀਂ ਦੋਨੇ ਜਣੇ, ਉਹ ਤਾਂ ਸ਼ਰਤਾਂ ਰੱਖਣ ਲੱਗ ਗਈ ਹੁਣ, ਆਓ ਜੀਜਾ ਜੀ ਉੱਠੋ ਇੱਥੋਂ, ਚਲੋ ਤੂੰ ਬੈਠ।
कुड़ी दे भी तां सुन लईए बेचारी दे दिल च की चलदा है। सारी दुनिया कुड़ी दीआं दिल दीआं भावनावां तां समझदे, इहनूं तां इगनोर करदे रहिंदे आ। कुड़िए तूं दस, जो भी सच्चाई है ना उह सानूं पता तां लगे। सच्चाई तां दीदी इह है, सब कुछ कर लेंदी तो मेरे माँ प्यो ने सारी जिंदगी शर्मिंदगी नाल ही काट देनी सी, ते हो सकता सी मैं बदनामी दे डर तो फाहा लैके मार मुक जांदी। हुण तुसी दसो वी मैं ना करके की गलत कीता। प्रीति तू कुछ गलत नहीं कीता, इहनू जवाब दे के तू बिल्कुल सही फैसला लिया। तेरी जगह दुनिया की कोई भी समझदार कुड़ी हुंदी तां उह इही कदम चकदी, ते एह जी गंदी सोच रखण वाले मुंडियां दे मुंह ते एही सही चपेड़ है। ए सोशल साइटां बनियां तां बहुत फायदे लई सी, पर कुछ लोग इस नूं मिसयूज बहुत कर लग पए ने। इसे तरह आपां देखदे हां कई कई वीडियोज जिहड़ियां गलत बहुत वायरल हो रहीयां, लड़कियां ब्लैकमेल हो रहीयां ते सुसाइड करदियां ने, घरदियां नूं भी पिछे बहुत मुश्किलां दा सामना करना पैंदा। सो लड़कियां नूं इक चेतावनी है इस छोटी जी फिल्म दे राहीं कि वह मिठिया मिठिया चोपड़िया गलों के आ के कोई अपनी गलत वीडियो ना बना लैन, ताकि वह मिसयूज हो के वह भी ब्लैकमेल का शिकार ना हो सकन। इस फिल्म दे विच भी लड़की ने इस करके मुंडे नूं ना करके वधिया ही किया, क्योंकि जिहड़ा लड़का अज ही उहदी रिस्पैक्ट नहीं करता, उहनूं सत्कार नहीं दिंदा, तां कल नूं आउण वाली जिंदगी दे विच उहदा हमसफर सहारा दुखां सुखां दा साथी किवें बनेगा। लड़की दा फैसला साडे मुताबिक बिल्कुल ठीक सी, ते तुसी भी अपने समय लई सुचेत हो जाओ। बहुत बहुत मेहरबानी।